ਬੀਜੇਪੀ ਤੋਂ ਬਾਅਦ ਹੁਣ ਪੰਜਾਬ ਸਰਕਾਰ ਦਾ ਵਿਰੋਧ ਕਿਸਾਨ ਜਥੇਬੰਦੀਆਂ ਕਰ ਰਹੀਆਂ ਨੇ ਅਤੇ ਉੱਥੇ ਹੀ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੂੰ ਲੈ ਕੇ ਜਿਹੜਾ ਕਿ ਕਿਸਾਨ ਜਥੇਬੰਦੀਆਂ ਨੇ ਪੱਕੇ ਮੋਰਚੇ ਲਗਾਉਣ ਦੇ ਲਈ ਵੱਡਾ ਐਲਾਨ ਕਰ ਦਿੱਤਾ ਅਤੇ ਉੱਥੇ ਹੀ ਗੁਰਾਹਾਂ ਦਾ ਇੱਕ ਵੱਡਾ ਬਿਆਨ ਸਾਹਮਣੇ ਹੈ। ਪੰਜਾਬ ਸਰਕਾਰ 'ਤੇ ਤਿੱਖੇ ਨਿਸ਼ਾਨੇ ਸਾਧੇ ਗਏ ਨੇ ਅਤੇ ਉਹਨਾਂ ਨੇ ਕਿਹਾ ਕਿ ਕਿਸਾਨ ਜਥੇਬੰਦੀਆਂ ਦੇ ਨਾਲ ਸਰਕਾਰ ਨੇ ਕੁਝ ਵਾਅਦੇ ਕੀਤੇ ਸੀ ਪਰ ਉਹ ਵਾਅਦੇ ਹਜੇ ਤੱਕ ਪੂਰੇ ਨਹੀਂ ਹੋਏ ਅਤੇ ਜਿਸ ਦੇ ਦੌਰਾਨ ਉਹਨਾਂ ਨੇ ਕਿਹਾ ਕਿ ਭਾਰੀ ਬਰਸਾਤ ਅਤੇ ਗੜੇਮਾਰੀ ਦੇ ਕਾਰਨ ਕਿਸਾਨ ਜਥੇਬੰਦੀਆਂ ਨੂੰ ਕਾਫੀ ਭਾਰੀ ਨੁਕਸਾਨ ਹੋਇਆ ਅਤੇ ਇਸ ਤੋਂ ਬਾਅਦ ਵੀ ਸਰਕਾਰ ਨੇ ਕੋਈ ਮੁਆਵਜ਼ਾ ਨਹੀਂ ਦਿੱਤਾ ਅਤੇ ਸਾਡੇ ਨਾਲ ਝੂਠੇ ਵਾਅਦੇ ਕਰਕੇ ਮੁੱਕਰ ਗਏ ਨੇ ਅਤੇ ਜਿਸ ਦੇ ਦੌਰਾਨ ਹੁਣ ਪੰਜਾਬ ਸਰਕਾਰ ਦਾ ਵਿਰੋਧ ਜਿਹੜਾ ਕਿ ਕਿਸਾਨ ਜਥੇਬੰਦੀਆਂ ਕਰ ਰਹੀਆਂ ਨੇ ਲਗਾਤਾਰ ਕੇਂਦਰ ਸਰਕਾਰ ਅਤੇ ਪੰਜਾਬ ਸਰਕਾਰ 'ਤੇ ਤਿੱਖੇ ਨਿਸ਼ਾਨੇ ਸਾਧੇ ਜਾ ਰਹੇ ਨੇ। ਪੂਰੇ ਮੁੱਦੇ ਨੂੰ ਲੈ ਕੇ ਸੁਣਦੇ ਹਾਂ ਕਿਸਾਨ ਜਥੇਬੰਦੀਆਂ ਦਾ ਹੋਰ ਕੀ ਕਹਿਣਾ। ਜਿਵੇਂ ਭਾਰਤ ਮਾਲਾ ਪ੍ਰੋਜੈਕਟ ਹੈ, ਗੜੇਮਾਰੀ ਹੈ, ਮੀਂਹ ਨਾਲ ਹੋਇਆ ਨੁਕਸਾਨ, ਫਸਲਾਂ ਦਾ ਨੁਕਸਾਨ, ਗੈਸ ਲਾਈਨ ਪਾਈਪ ਦਾ ਘਰਾਂ ਦਾ ਨੁਕਸਾਨ ਹੋਇਆ ਹੋਇਆ, ਯਾਨੀ ਉਹ ਨੁਕਸਾਨ ਜਿਹੜੇ ਉਹ ਮਾਮਲੇ ਜਿਹੜੇ ਮਤਲਬ ਚੋਣ ਜ਼ਾਬਤੇ ਦੇ ਵਿੱਚ ਵੀ ਦਿੱਤੇ ਜਾ ਸਕਦੇ ਨੇ, ਜਿਹੜੇ ਵੰਡੇ ਜਾ ਸਕਦੇ ਨੇ, ਜਿਹੜੇ ਪਹਿਲਾਂ ਤੋਂ ਆਏ ਪਏ ਨੇ, ਯਾਨੀ ਸਰਕਾਰ ਉਹਦੇ ਟਾਲ ਮਟੋਲ ਕਰ ਰਹੀ ਹੈ। ਅਸੀਂ ਇਹਦੇ 'ਤੇ ਸੰਬੰਧਿਤ 2 ਦਿਨ ਦਾ 5 ਤਰੀਕ 5 ਮਈ ਨੂੰ ਮੀਤ ਹਿਆਰ ਜਿਹੜਾ ਸੰਗਰੂਰ ਦਾ ਉਮੀਦਵਾਰ ਹੈ ਪਾਰਲੀਮੈਂਟ ਹਲਕੇ ਦਾ ਅਤੇ ਗੁਰਮੀਤ ਸਿੰਘ ਖੁੱਡੀਆ ਉਹਨਾਂ ਦੇ ਘਰਾਂ ਦੇ ਅੱਗੇ ਅਸੀਂ 5 ਤਰੀਕ ਦੇ ਧਰਨੇ ਲਾ ਕੇ ਦਾ ਪ੍ਰੋਗਰਾਮ ਕੀਤਾ ਹੋਇਆ ਉਹ ਅਸੀਂ ਕਰ ਰਹੇ ਹਾਂ ਅਤੇ ਸਰਕਾਰ ਸਾਡੀਆਂ ਗੱਲਾਂ ਦੀ ਟਾਲ ਮਟੋਲ ਕਰ ਰਹੀ ਹੈ। ਸਿਹਤਮੰਦ ਦੀ ਗੱਲ ਇਹ ਹੈ ਵੀ ਕਈ ਥਾਵਾਂ 'ਤੇ ਤਾਂ ਜਿਹੜੀ ਮਾਮਲੇ ਆਏ ਪਏ ਨੇ ਗੜੇਮਾਰੀ ਦੇ ਉਹ ਵੰਡੇ ਨਹੀਂ ਜਾ ਰਹੇ। ਕੱਲ੍ਹ ਹੀ ਸਾਡੀ ਸੰਗਰੂਰ ਡੀ ਸੀ ਨਾਲ ਮੀਟਿੰਗ ਹੋਈ ਹੈ, ਉਹ ਡੀ ਸੀ ਸਾਹਿਬ ਕਹਿ ਰਹੇ ਨੇ ਵੀ ਹਾਂ ਜੀ ਮਾਮਲਾ ਤਾਂ ਆਇਆ ਪਿਆ ਜੀ, 1 ਕਰੋੜ ਪਲੱਸ ਕੁਛ ਪੈ ਮਾਮਲਾ ਅਤੇ ਕੁਛ ਪਿੰਡਾਂ ਦਾ ਮਾਮਲਾ ਉਹ ਵੰਡਣ ਵਾਲਾ। ਹੁਣ ਜਿਹੜਾ ਮਾਮਲਾ ਆਇਆ ਪਿਆ ਵੀ ਉਹ ਵੰਡਿਆ ਕਿਉਂ ਨਹੀਂ ਜਾ ਰਿਹਾ? ਤੁਸੀਂ ਹੈਰਾਨ ਹੋਵੋਗੇ ਵੀ ਗੈਸ ਲਾਈਨ ਪਾਈਪ ਦੇ ਮਾਮਲੇ ਦਿੱਤੇ ਨੇ ਕਿਸਾਨਾਂ ਨੂੰ 1 ਜਗ੍ਹਾ 'ਤੇ 2 ਲੱਖ ਰੁਪਈਆ ਪਰ ਏਕੜ ਦਾ, ਅਤੇ ਜਿੱਥੇ ਜਦੋਂ ਉਹ ਸੰਘਰਸ਼ ਕੀਤਾ ਉਹਨਾਂ ਦੇ ਉੱਤੇ ਤਾਂ ਕਿਸੇ ਜਗ੍ਹਾ 'ਤੇ 24 ਲੱਖ ਰੁਪਈਆ ਪਰ ਏਕੜ ਦਾ ਮਾਮਲਾ ਦਿੱਤਾ। ਯਾਨੀ ਇਹ ਜਿਹੜੇ ਇੰਨੇ ਫਰਕ ਨੇ, ਜਿਹੜੀ ਮਤਲਬ ਭਗਵੰਤ ਮਾਨ ਸਰਕਾਰ ਇਹ ਕਹਿੰਦੀ ਸੀ ਵੀ ਯਾਰ ਮੈਂ ਤਾਂ ਗਰਦੌਰੀਆਂ ਤੋਂ ਪਹਿਲਾਂ ਦੇ ਦਿਆ ਕਰੂੰਗਾ, ਗਰਦੌਰੀਆਂ ਕਰਨ ਦੀ ਲੋੜ ਹੀ ਨਹੀਂ ਪੈਣੀ ਸਾਨੂੰ, ਐਂ ਜੱਚੀ ਗੱਲ ਵੀ ਇਹਦਾ ਮਤਲਬ ਗੱਲ ਫੋਕੀ ਹੈ ਵੀ ਕਿਸੇ ਗੱਲ ਦੀਆਂ ਗਰਦੌਰੀਆਂ ਕਰੇ ਤੋਂ ਬਗੈਰ ਸਾਨੂੰ ਕਿਵੇਂ ਪਤਾ ਲੱਗ ਗਿਆ ਵੀ ਨੁਕਸਾਨ ਦਾ ਮਾਮਲਾ ਕਿੱਥੇ ਕਿੱਥੇ ਹੋਇਆ, ਕਿਹਦਾ ਕਿਹਦਾ ਕਿੰਨਾ ਕਿੰਨਾ ਹੋਇਆ? ਯਾਨੀ ਉਹ ਮਾਮਲੇ ਵੀ ਜਿਹੜੇ ਦੇ ਰਹੇ ਨੇ ਉਹ ਵੀ ਨਾ ਮਾਤਰ ਨੇ। ਯਾਨੀ ਅਸੀਂ ਕਹਿੰਦੇ ਵੀ ਜਦੋਂ 100% ਮਾਮਲਾ ਹੋ ਗਿਆ, ਫਰਜ਼ ਕਰ ਲਓ ਹੁਣ ਕਿਸੇ ਖੇਤ ਕਿਸਾਨ ਦੇ ਖੇਤ ਨੂੰ ਅੱਗ ਲੱਗ ਗਈ, ਅੱਗ ਲੱਗ ਕੇ 100% ਮਾਮਲਾ ਮਿਲਣਾ ਚਾਹੀਦਾ, ਪਤਾ ਹੀ ਹੈ ਉਹਦਾ ਕੁਛ ਨਹੀਂ ਬਚਦਾ, ਉਹਦਾ ਤਾਂ ਫਸਲ ਤੋਂ ਬਿਨਾਂ ਉਹਦੇ ਦਰੱਖਤਾਂ ਦਾ ਨੁਕਸਾਨ ਅਤੇ ਹੋਰ ਨੁਕਸਾਨ ਵੀ ਕਿੰਨੇ ਹੋ ਜਾਂਦੇ ਨੇ ਨਾਲ। ਉੱਥੇ ਵੀ ਜਿਹੜੀ 100% ਮਾਮਲਾ ਨਹੀਂ, ਉੱਥੇ ਵੀ ਕੀ ਹੈ ਚੰਨੀ ਸਰਕਾਰ ਤੋਂ ਅਸੀਂ 17,000 ਰੁਪਇਆ ਪਰ ਏਕੜ ਦਾ ਮਾਮਲੇ ਦਾ ਤੈਅ ਕਰਵਾਇਆ ਸੀ ਅਤੇ ਇਹ ਸਾਡੀ ਆਮ ਆਦਮੀ ਦੀ ਸਰਕਾਰ ਨੇ 15 ਕਰ ਦਿੱਤਾ, 15 ਤੋਂ ਵੀ ਯਾਨੀ ਫਿਰ ਇਹ 7.5 ਫੁੱਟ 'ਤੇ ਆ ਗਏ, ਹੁਣ ਇਹ 68 'ਤੇ ਆ ਗਏ, ਹੁਣ 54 'ਤੇ ਖੜੇ ਆ, ਉਹ ਵੀ ਯਾਨੀ ਬਹੁਤ ਸਾਰੇ ਲੋਕ ਕਿਸਾਨਾਂ ਦਾ ਦਿੱਤੇ ਜੀ। ਉਦੋਂ ਹੈਰਾਨ ਕਰਨ ਵਾਲੀ ਗੱਲ ਤੁਸੀਂ ਸੁਣੋਗੇ ਹੋਰ ਵੀ, ਕਹਿੰਦੇ ਵੀ ਇਹ ਕੇਂਦਰ ਦੀ ਪਾਲਿਸੀ ਆ, ਕਿਸੇ ਦਾ ਜੇ 20 ਕਿੱਲਿਆਂ ਦਾ ਨੁਕਸਾਨ 20 ਕਿੱਲਿਆਂ ਦਾ ਹੀ ਮਿਲੂਗਾ, ਇਹ ਨੁਕਸਾਨ ਬਾਕੀ ਇਹਦਾ ਮਤਲਬ ਜਿਹੜਾ 5 ਕਿੱਲਿਆਂ ਤੋਂ ਵੱਧ ਦਾ ਨੁਕਸਾਨ ਹੋ ਗਿਆ, ਕੋਈ ਦੁਨੀਆ ਦੇ ਵਿੱਚ ਹੈ ਹੀ ਜੀ ਰਵਾਇਤ ਵੀ ਵੱਧ ਦਾ ਨੁਕਸਾਨ ਦੀ ਫਿਰ ਜ਼ਿੰਮੇਵਾਰੀ ਕਿਹਦੀ ਆ ਬਈ? ਉਹ ਕੌਣ ਭਰੂ ਜਿਹੜੇ ਕਿਸਾਨ ਨੇ 20 ਕਿੱਲੇ ਲੈ ਕੇ ਠੇਕੇ 'ਤੇ ਜ਼ਮੀਨ ਦਾ 80,000 ਰੁਪਏ ਨੂੰ ਠੇਕੇ ਦਾ ਮਾਮਲਾ ਦੇ ਤਾ ਪਹਿਲਾਂ, ਜੇ ਉਹਦਾ ਵੀ ਨੁਕਸਾਨ ਹੋ ਗਿਆ ਤਾਂ ਉਹਨੂੰ 5 ਏਕੜ ਦੇ 10,000 ਤੱਕ ਉਹਦਾ ਵੀ ਪਰਸੈਂਟੇਜ ਨਹੀਂ ਜਿਹੜਾ ਯਾਨੀ ਖਰਚਾ ਵੀ ਨਹੀਂ ਮੁੜਦਾ। ਇਸ ਕਰਕੇ ਵਾਰ ਵਾਰ ਕਹੀ ਜਾਂਦੇ ਨੇ ਕਿਸਾਨ ਭਾਈ ਕਿਸਾਨਾਂ ਸਿਰ ਕਰਜ਼ਾ ਕਿਵੇਂ ਚੜ੍ਹ ਗਿਆ, ਤੁਹਾਡੀਆਂ ਨੀਤੀਆਂ ਨੇ ਕਿਸਾਨ ਮਾਰੇ ਨੇ, ਆਹ ਸੰਘਰਸ਼ ਕਰ ਰਹੇ ਨੇ ਉਦਣ ਦੇ ਲਗਾਤਾਰ ਬੈਠੇ ਨੇ ਬਠਿੰਡੇ ਵਾਲੇ ਕਿੰਨਾ ਚਿਰ ਡੀ ਸੀ ਦੇ ਆਹ ਜਿਹੜਾ ਬਠਿੰਡੇ ਡੀ ਸੀ ਦੇ ਦਫ਼ਤਰ ਦੇ ਵਿੱਚ ਇਹ ਡੀ ਸੀ ਬਾਰੇ ਜਾਣਕਾਰੀ ਮਿਲੀ ਆ ਵੀ ਇਹ ਗੱਲ ਕਰਨ ਨੂੰ ਹੀ ਤਿਆਰ ਨਹੀਂ ਕਿਸੇ ਨਾਲ, ਮਾਂ ਦਾ ਪੁੱਤ
ਉਦੋਂ ਗੱਲ ਕਰਦੇ ਨੇ। ਹੁਣ ਜੇ ਇਹਨਾਂ ਨੂੰ ਪਹਿਲਾਂ ਘੇਰ ਲਈਏ ਤਾਂ ਤੁਸੀਂ ਸਵਾਲ ਕਰੋਗੇ ਜੀ, ਪਹਿਲਾਂ ਪੁੱਛ ਲੈਂਦੇ, ਪੁੱਛ ਕੀ ਲੈਂਦੇ ਇਹਨਾਂ ਨੂੰ, ਯਾਨੀ ਹੁਣ ਇਹ ਜਦੋਂ ਆਹ ਅਸੀਂ ਅੱਜ ਪ੍ਰੈਸ ਕਾਨਫਰੰਸ ਕਰ ਰਹੇ ਹਾਂ, ਕੱਲ੍ਹ ਨੂੰ ਤਾਂ ਇਹ ਸੁਣਨਗੇ ਗੱਲ ਸਾਡੀ, ਕਿਉਂਕਿ ਪ੍ਰੈਸ ਕਾਨਫਰੰਸ ਕਰਕੇ ਅਸੀਂ ਦਸਤਾ ਦਿੱਤਾ ਧਰਨੇ ਨੂੰ 5 ਤਰੀਕ ਨੂੰ, ਇਹਨੂੰ ਪਹਿਲਾਂ ਕਿਸੇ ਨੇ ਨਹੀਂ। ਜਾਂ ਟਾਲ ਮੋਟਲ ਮੀਤ ਹੈਰ ਨਾਲ 2 ਮੀਟਿੰਗਾਂ ਹੋ ਗਈਆਂ, ਅਜੇ ਵੀ ਉਹ ਜਹਾਂਗੀਰ ਦਾ ਮਸਲਾ ਜਿਹੜਾ ਜ਼ਮੀਨ ਦਾ ਲਟਕਦਾ, ਉਹ ਕੁੜੀ ਮਾਲਕ ਹੈ, ਉਹਦੇ 'ਤੇ ਬਕਾਇਦਾ ਉਹਦੀ ਮਾਲਕੀ ਦੀ ਹੈ, ਉਹਦੇ ਸਟੇਅ ਲੱਗੀ ਹੋਈ ਹੈ, ਉਹ ਵਕੀਲ ਨੇ ਕਿਸੇ ਨੇ ਉਹਦੇ ਪੱਖ 'ਚ ਉਹ ਕੋਰਸ ਨਹੀਂ ਲੁਕੋ ਲਿਆ ਵੀ ਸਟੇਅ ਤਾਂ ਉੱਥੇ ਹੈ ਹੀ ਨਹੀਂ ਸੀ। 2012 ਦੀ ਸਟੇਅ ਹੈ ਅਤੇ 2000 ਮਾਲਕ ਦੇ ਵਿੱਚ ਅਪੋਜੀਸ਼ਨ ਪਾਰਟੀ ਨੂੰ ਮਾਲਕ ਬਣਾਇਆ ਹੋਇਆ। ਯਾਨੀ ਇਸ ਤਰ੍ਹਾਂ ਦੀਆਂ ਘਟਨਾਵਾਂ ਜਿਹੜੀਆਂ ਵਾਪਰ ਰਹੀਆਂ ਨੇ, ਜਿਹਦੇ 'ਚ ਐਂ ਕਹਿੰਦੇ ਨੇ 15 ਦਿਨਾਂ 'ਚ ਹੱਲ ਕਰ ਦਾਂਗੇ, ਹਫ਼ਤੇ 'ਚ ਹੱਲ ਕਰ ਦਾਂਗੇ, ਉਹਨਾਂ ਵੱਲ ਧਿਆਨ ਹੀ ਨਹੀਂ ਦਿੱਤਾ ਜਾ ਰਿਹਾ। ਸਗੋਂ ਇਹ ਕਹਿ ਰਹੇ ਨੇ ਵੀ 13 ਜਾਂ 13 ਸੀਟਾਂ ਜਿੱਤਾਂਗੇ, ਜਿੱਤੋਂਗੇ ਕਿਹਨਾਂ ਦੇ ਸਿਰ 'ਤੇ ਬਈ, ਆਓਗੇ ਕਿਹਨਾਂ ਦੇ ਕੋਲ। ਸਾਨੂੰ ਕਿਹਾ ਜਾਂਦਾ ਵੀ ਤੁਸੀਂ ਲੋਕ ਤਾਂ ਵੋਟਾਂ ਲੜ ਰਹੇ ਨੇ, ਤੁਸੀਂ ਧਰਨੇ ਲਾ ਰਹੇ ਹੋ, ਸਾਡਾ ਤਾਂ ਕੰਮ ਹੀ ਸੰਤਾ ਇਹ, ਜੇ ਇਹਨਾਂ ਦੀ ਰੁੱਤ ਹੈ ਹੁਣ ਲੋਕਾਂ ਨੂੰ ਗੁੰਮਰਾਹ ਕਰਕੇ ਤਾਂ ਸਾਡਾ ਵੀ ਇਹੀ ਤੁਹਾਡੀ ਕਮਜ਼ੋਰੀ ਨੂੰ ਬੁੱਝਦਿਆ ਹੋਇਆ ਤੁਹਾਡੇ 'ਤੇ ਐਕਸ਼ਨ ਕਰਕੇ ਆਪਣੀਆਂ ਮੰਗਾਂ ਤੁਹਾਡੇ ਗਲ ਧੋਣ 'ਤੇ ਗੋਡਾ ਧਰ ਕੇ ਕਿਉਂ ਨਾ ਮਨਵਾਈਏ, ਸਾਡਾ ਕਿਹੜਾ ਅਧਿਕਾਰ ਨਹੀਂ। ਭਗਵੰਤ ਮਾਨ ਹੀ ਕਹਿੰਦਾ ਹੁੰਦਾ ਨਾ, ਸੱਥਾਂ 'ਚ ਆਇਆ ਨੂੰ ਸਵਾਲ ਪੁੱਛੋ, ਸੱਥਾਂ ਨੂੰ ਸਵਾਲ ਪੁੱਛਦਿਆਂ ਸੱਥਾਂ 'ਚ ਆਇਆ ਨੂੰ ਤੁਹਾਡੇ ਘਰੇ ਜਾ ਕੇ ਸਵਾਲ ਪੁੱਛਣ ਲੱਗ ਰਿਹਾ ਤੁਹਾਨੂੰ, ਅਸੀਂ ਦੱਸੋ ਆਹ ਮਾਮਲਾ ਕੌਣ ਦੇਊਗਾ, ਆਹ ਗੱਲਾਂ ਦੇ ਜਵਾਬ ਕੌਣ ਦੇਊਗਾ, ਭੇਡ ਦਾ ਬੱਕਰੀ ਦਾ ਮਰੇ ਦਾ ਪੈਸਾ ਕੌਣ ਦੇਊਗਾ, ਗੜੇਮਾਰੀ ਦਾ ਨੁਕਸਾਨ ਕੌਣ ਦੇਊਗਾ, ਅੱਗ ਨਾਲ ਸੜੀ ਫਸਲ ਦਾ ਨੁਕਸਾਨ ਕੌਣ ਦੇਊਗਾ, ਇਹਦੇ ਜ਼ਿੰਮੇਵਾਰ ਕੌਣ ਨੇ। ਤੁਸੀਂ ਕਹਿ ਰਹੇ ਹੋ ਮੈਂ ਕਿਸਾਨਾਂ ਦਾ ਪੁੱਤਾਂ, ਮੈਂ ਤਾਂ ਇੰਜਣ ਦੇ ਸਲੈਂਸਰ ਮੂਹਰੇ ਮੰਜੀ ਡਾ ਕੇ ਬਹਿੰਦਾ ਹੁੰਦਾ ਸੀ। ਜੇ ਤੈਨੂੰ ਇਹਨਾਂ ਗੱਲਾਂ ਦਾ ਪਤਾ ਹੈ ਵੀ ਕਿਸਾਨ ਇੰਨੇ ਸੰਕਟ ਦੇ ਨਾਲ, ਤੈਨੂੰ ਇਸ ਗੱਲ ਦਾ ਵੀ ਪਤਾ ਵੀ ਉਹਨਾਂ ਦੇ ਘਰੇ ਰੋਟੀ ਪੱਕਦੀ ਹੋਣੀ ਜਿਹਦੀ ਸਾਰੀ ਦੀ ਸਾਰੀ ਫਸਲ ਅੱਗ ਨਾਲ ਮੱਚ ਗਈ, ਉਹਨਾਂ ਘਰਾਂ ਦੇ ਰੋਟੀ ਪੱਕਦੀ ਹੋਣੀ ਜਿਹਨਾਂ ਦੀ ਗੜਿਆਂ ਨੇ ਮਾਰਤੀ ਜਿਹੜੀ ਕੱਲ੍ਹ ਨੂੰ ਆ ਜਾਣੀ ਸੀ ਘਰਾਂ ਦੇ ਵਿੱਚ, ਤੁਸੀਂ ਉਹਨਾਂ ਦੇ ਨੁਕਸਾਨ, ਉਹਨਾਂ ਗਰੀਬਾਂ ਦਾ ਭਲਾ ਕੀ ਹਾਲ ਹੋਊ, ਜਿਹਨਾਂ ਦੇ ਖੋਲੇ ਢਹਿ ਗਏ, ਜਿਹਨਾਂ ਦੇ ਛੱਤ ਨਹੀਂ ਹੈ ਸਿਰ ਤੇ ਬਹਿਣ ਨੂੰ, ਜਿਹਨਾਂ ਦੇ ਘਰ ਢਹਿ ਗਏ, ਸਾਰੇ ਸਾਰੇ ਮਕਾਨ ਢਹਿ ਗਏ, ਉਹਨਾਂ ਦਾ ਦੱਸੋ ਕੀ ਹੈ। ਇਸ ਕਰਕੇ ਅਸੀਂ ਇਹ ਸਰਕਾਰ ਨੂੰ ਕੰਨ ਕਰਾਉਣਾ ਚਾਹੁੰਦੇ ਹਾਂ, ਤੁਹਾਡੇ ਜ਼ਰੀਏ ਅਸੀਂ ਸਰਕਾਰ ਨੂੰ ਸੁਨੇਹਾ ਦੇਣਾ ਚਾਹੁੰਦੇ ਹਾਂ, ਜਾਂ ਇਹ ਮਸਲੇ ਦਾ ਹੱਲ ਕਰ ਦਿਓ, ਜਾਂ ਫਿਰ ਇਸ ਸਮੱਸਿਆ ਵਾਸਤੇ ਸਾਡੇ ਅੰਦੋਲਨ ਦੇ ਸਾਹਮਣਾ ਕਰਨ ਵਾਸਤੇ ਤੁਸੀਂ ਤਿਆਰ ਰਹੋ, ਅਤੇ ਅਸੀਂ 5 ਤਰੀਕ ਤੋਂ ਇਹ ਦੋਨੇ ਪ੍ਰੋਗਰਾਮ ਕਰਨ ਨੂੰ ਤਿਆਰ ਹਾਂ, ਖੁੱਡੀਆਂ ਦੇ ਵੀ ਲਾਵਾਂਗੇ, ਗੁਰਮੀਤ ਖੁੱਡੀਆਂ ਦੇ ਵੀ, ਅਤੇ ਮੀਤ ਹੈਰ ਦੇ ਵੀ 5 ਨੂੰ ਧਰਨਾ ਲਾਵਾਂਗੇ, ਅਤੇ ਇਹਦਾ ਨਫਾ ਨੁਕਸਾਨ ਜਿਹੜਾ ਉਹਦੀ ਜ਼ਿੰਮੇਵਾਰੀ ਸਰਕਾਰ ਦੀ। ਤੁਸੀਂ ਕਾਫੀ ਕਸਾਲ ਹੀ ਰੁੱਤ ਦੇ ਵਿੱਚ ਪਹੁੰਚੇ ਹੋ, ਕਿਉਂਕਿ ਇਹ ਮੰਗਾਂ ਮਸਲੇ ਲੰਮੇ ਆ। ਜੇ ਗੈਸ ਪਾਈਪਲਾਈਨ ਦੀ ਗੱਲ ਕਰਨੀ ਹੋਵੇ ਤਾਂ ਸਾਲ ਭਰ ਦਾ ਹੋ ਗਿਆ, ਇਹਨੂੰ ਸਾਲ ਭਰ ਸਮਝੌਤਾ ਹੋਏ ਨੂੰ ਹੋ ਗਿਆ, ਆਹੀ ਗੜੇਮਾਰੀ ਹੈ ਜਿਹੜੀ ਪਹਿਲੀ ਗੜੇਮਾਰੀ 2 ਮਾਰਚ ਨੂੰ ਹੋਈ ਹੈ, ਅਸੀਂ 2 ਮਾਰਚ ਤੋਂ ਬਾਅਦ ਹੀ ਹਰਕਤ 'ਚ ਆ ਗਿਆ, 5 ਤਰੀਕ ਨੂੰ ਡੀ ਸੀ ਨੂੰ ਮੰਗ ਪੱਤਰ ਦਿੱਤਾ, ਆਹੀ ਅੱਗ ਲੱਗ ਗਈ, ਪਸ਼ੂਆਂ ਦਾ ਨੁਕਸਾਨ ਹੈ। ਗੁਰਮੀਤ ਖੁੱਡੀਆਂ ਜੀ ਜਿਹੜੇ ਇੱਥੋਂ ਲੋਕ ਸਭਾ ਤੋਂ MP ਦੀ ਚੋਣ ਵੀ ਲੜ ਰਹੇ ਹੈ ਬਠਿੰਡੇ ਦੀ, ਅਤੇ ਉਹ ਪਿੰਡ ਜਾ ਕੇ ਆਏ ਆ, ਪਰ ਹਾਲੇ ਤੱਕ ਇਕੱਲੇ ਫੋਕੇ ਬਿਆਨਾਂ ਤੋਂ ਬਿਨਾਂ ਕੁਛ ਨਹੀਂ। ਇਸ ਤੋਂ ਇਲਾਵਾ ਅਸੀਂ 4 ਤਰੀਕ ਤੋਂ ਲੈ ਕੇ 25 ਤਰੀਕ ਤੱਕ DC ਦਫ਼ਤਰ ਅੱਗੇ ਬੈਠੇ ਹਾਂ, ਬੂਥ ਹਾਈ ਕਰੀ ਗਏ ਇਹਨਾਂ ਦੇ। ਇਹਨਾਂ ਦਿਨਾਂ ਦੌਰਾਨ ਸਾਰੇ ਲਗਭਗ MLA ਸਾਹਿਬਾਂ ਨਾਲ ਅਤੇ ਖੁੱਡੀਆਂ ਸਾਹਿਬਾਂ ਨਾਲ 4 ਮੀਟਿੰਗਾਂ ਹੋ ਗਈਆਂ, ਚਾਰੇ ਮੀਟਿੰਗਾਂ ਦੇ ਵਿੱਚ ਤੁਰਸ ਫੋਨ ਚੱਕਦੇ ਆ, DC ਸਾਹਿਬ ਨੂੰ ਕਹਿੰਦੇ ਆ ਇਹਦਾ ਮਸਲਾ ਹੱਲ ਕਰੋ, ਪਰ ਬਾਅਦ ਦੇ ਵਿੱਚ ਪਰਨਾਲਾ ਜਿਹੜਾ ਕਹਿੰਦੇ ਹੁੰਦੇ ਉੱਥੇ ਦਾ ਉੱਥੇ ਰਹਿੰਦਾ ਹੈ, ਕਿਉਂਕਿ ਅਸੀਂ ਤਾਂ ਇਹਨੂੰ ਐਂ ਲੈਂਦੇ ਹਾਂ ਵੀ ਅਸਲ ਵਿੱਚ ਖੇਤੀਬਾੜੀ ਮੰਤਰੀ ਹੈ, ਕੈਬਨਿਟ ਮੰਤਰੀ ਹੈ, ਆਹੀ ਮੀਤ ਹੇਰ ਦਾ ਜ਼ਿਕਰ ਕੀਤਾ ਇਹਨਾਂ ਨੇ, ਜੋ ਤੁਰੰਤ ਭਲਾ ਕਿਸੇ ਅਫਸਰ ਨੂੰ ਫੋਨ ਕਰਦੇ ਆ।
ਇਹਦਾ ਮਤਲਬ ਇਹ ਬਣਦਾ ਵੀ ਸਾਡੇ ਮੂੰਹ 'ਤੇ ਫੋਨ ਉੱਧਰਲਾ ਕਰ ਦਿੰਦੇ ਆ ਅਤੇ ਮਗਰੋਂ ਅਸਲੀ ਫੋਨ ਕਰਦੇ ਆ ਉਹਨਾਂ ਨੂੰ ਵੀ ਨਹੀਂ ਇਹਨਾਂ ਦੀ ਸੁਣਨੀ ਨਹੀਂ। ਇਸ ਕਰਕੇ ਅਸੀਂ ਜਿੱਥੇ ਤੁਸੀਂ ਸਵਾਲ ਵੀ ਕਰ ਰਹੇ ਸੀ ਵੀ ਅਸੀਂ 5 ਤਰੀਕ ਤੋਂ ਉਹਨਾਂ ਦੇ ਦੋਨਾਂ ਕੈਬਨਿਟ ਮੰਤਰੀਆਂ ਦੇ ਘਰਾਂ ਅੱਗੇ ਤਾਂ ਬੈਠਣਾ ਹੀ ਬੈਠਣਾ ਅਤੇ ਨਾਲ ਹੀ ਅਸੀਂ ਉਸੇ ਦਿਨ ਤੋਂ 5 ਤਰੀਕ ਤੋਂ ਲੈ ਕੇ ਇਹਨਾਂ ਦੇ ਪਿੰਡਾਂ ਦੇ ਵਿੱਚ ਜਿਹੜਾ ਸਖ਼ਤ ਵਿਰੋਧ ਕਰਨ ਦਾ ਫੈਸਲਾ, ਕਿਉਂਕਿ ਪਹਿਲਾਂ ਇਸ ਸਕੀਮ ਦਾ ਸੱਦਾ ਆਇਆ ਹੋਇਆ ਅਸੀਂ ਭਾਜਪਾ ਦਾ ਡੱਟ ਕੇ ਵਿਰੋਧ ਕਰਦੇ ਹਾਂ ਸਾਰੀਆਂ ਜਥੇਬੰਦੀਆਂ ਅੰਦੋਲਨਾਂ, ਪਰ ਅਸੀਂ ਇਹ ਦੋਨੇ ਹਲਕਿਆਂ ਦੇ ਵਿੱਚ, ਉੱਧਰ ਸੰਗਰੂਰ ਲੋਕ ਸਭਾ ਹਲਕਾ, ਇੱਧਰ ਬਠਿੰਡਾ ਦੇ ਲੋਕ ਸਭਾ ਹਲਕਾ, ਦੋਨਾਂ ਹਲਕਿਆਂ ਦੇ ਵਿੱਚ ਇਹਨਾਂ ਦਾ ਕੋਈ ਵੀ ਉਮੀਦਵਾਰ ਜਾਊਗਾ, ਚਾਹੇ ਵੋਟਾਂ ਮੰਗਣ ਵਾਲਾ ਇਹਨਾਂ ਦਾ ਕੋਈ ਸਪੋਰਟਰ ਜਾਊਗਾ, ਅਸੀਂ ਉਹਨਾਂ ਦਾ ਡੱਟ ਕੇ ਪਿੰਡਾਂ ਦੇ ਵਿੱਚ ਵੀ ਡਾਕਾ ਵਿਰੋਧ ਕਰਾਂਗੇ। ਇਹ ਅਸੀਂ ਪਹਿਲਾਂ ਕਹਿ ਚੁੱਕੇ ਹਾਂ ਅਤੇ ਹਾਲਤ ਇਹ ਵੀ ਪਰਸੋਂ ਦੀ ਗੱਲ ਹੀ ਹੈ, ਪਰਸੋਂ ਬੀਬਾ ਬਲਜਿੰਦਰ ਕੌਰ ਜਿਹੜੇ ਇਹਨਾਂ ਦੀ ਕੈਬਨਿਟ ਦਾ ਦਰਜਾ ਵੀ ਦਿੱਤਾ ਹੋਇਆ ਉਹਨਾਂ ਨੂੰ, ਉਹਨਾਂ ਨੇ ਸਾਡੇ ਨਾਲ ਗੱਲ ਕੀਤੀ, ਤੁਰੰਤ ਡੀਸੀ ਨੂੰ ਕਿਹਾ ਵੀ ਇਹਦਾ ਹੱਲ ਕਰੋ, ਸਗੋਂ ਉਲਟਾ ਡੀਸੀ ਫੋਨ ਆਨ ਕਰਕੇ ਕਹਿੰਦਾ ਤੁਸੀਂ ਵਿੱਚ ਹੀ ਸੀਗੇ, ਸਾਡਾ ਆਗੂ ਜਿਹੜਾ ਉਸ ਖਾਸ ਕਰਕੇ ਗੈਸ ਪਾਈਪਲਾਈਨ ਦਾ ਇਹ ਮਾਮਲੇ ਨੂੰ ਹੈਂਡਲ ਕਰ ਰਿਹਾ ਹੈ ਜਗਦੇਵ ਜੋਗੇ ਵਾਲਾ, ਉਹਨੇ ਕਿਹਾ ਵੀ ਮੈਂ ਇਹਨੂੰ ਸਾਰੀ ਕਹਾਣੀ ਦਾ ਪਤਾ, ਡੀਸੀ ਝੂਠ ਮਾਰ ਰਿਹਾ ਹੈ, ਕਹਿੰਦਾ ਇਹ ਤਾਂ ਮੀਟਿੰਗ 'ਚ ਨਹੀਂ ਆਇਆ ਉਸਦੇ, ਸ਼ਿੰਗਾਰਾ ਮਾਨ ਸੀਗਾ ਮੀਟਿੰਗ 'ਚ, ਵੀ ਜੇ ਸ਼ਿੰਗਾਰਾ ਮਾਨ ਸੀਗਾ ਫਿਰ ਕੀ ਤੁਸੀਂ ਮਸਲਾ ਹੱਲ ਕਰਤਾ, ਤੁਰਤ ਸੱਦ ਲਿਆ, ਤੁਰਤ ਸੱਦ ਕੇ ਬਾਅਦ 'ਚ ਬਹਿ ਕੇ ਸਾਰਾ ਦਿਨ ਬਹਿ ਕੇ ਮੁੜ ਗਏ, ਇਹ ਬੀਬਾ ਜੀ ਵੀ ਸੁਣ ਰਹੇ ਹੋਣਗੇ, ਜਾਂ ਮੈਂ ਕਹੂੰਗਾ ਤੁਹਾਡੇ ਜਿਵੇਂ ਕਹਿੰਦੇ ਭਾਈ ਆ ਕਹਿੰਦੇ ਹੁਣ ਤੁਸੀਂ ਵੀ ਸ਼ੇਅਰ ਕਰਕੇ ਬੀਬਾ ਜੀ ਤੱਕ ਪਹੁੰਚਾ ਦਿਓ ਗੱਲਾਂ, ਵੀ ਕੱਲ੍ਹ ਵੀ ਸਾਰਾ ਦਿਨ ਸਾਡੇ ਨੁਮਾਇੰਦੇ ਡੀਸੀ ਦਫ਼ਤਰ ਦੇ ਬਾਹਰ 'ਚ ਬਹਿ ਕੇ ਮੁੜ ਕੇ ਡੀਸੀ ਅੰਦਰ ਬੈਠਾ ਹੈ, ਅੰਦਰ ਬੈਠੇ ਨੇ, ਉਹਨੇ ਕੋਈ ਮੁਨਾਸਬ ਨਹੀਂ ਸਮਝਿਆ ਜੀ ਉਹਨਾਂ ਨੂੰ ਗੱਲ ਕਰ ਲਈ, ਉੱਧਰੋਂ MLA ਸਾਹਿਬ ਦਾ ਐਂ ਕਹਿ ਲਈਏ ਮੰਤਰੀ ਸਾਹਿਬ ਦਾ ਫੋਨ ਆਇਆ ਹੋਇਆ, ਇਹ ਫੋਨ ਨੂੰ ਕਿਵੇਂ ਲੱਗਿਆ? ਇਸ ਕਰਕੇ ਸਰਕਾਰ ਇਹਦਾ ਮਤਲਬ ਜਾਣ ਬੁੱਝ ਕੇ ਸਾਡੇ ਮੰਗਾਂ ਮਸਲਿਆਂ ਨੂੰ ਅਣਗਾਲਾ ਕਰ ਰਹੀ ਹੈ, ਕਿਉਂਕਿ ਇਹਦੇ ਪਿੱਛੇ ਉਹਨਾਂ ਦੀ ਚਾਲ ਇਹ ਹੈ ਵੀ ਅਸਲ ਵਿੱਚ ਇਹ ਰੌਲਾ ਸਹੀ ਦਾ ਨਹੀਂ, ਰੌਲਾ ਪਹੇ ਦਾ, ਉਹ ਗੱਲਾਂ ਵੱਡੀਆਂ ਵੀ ਅੱਜ ਇਹਨਾਂ ਦੀਆਂ ਗੱਲਾਂ ਬਹੁਤ ਛੋਟੀਆਂ, ਇਹ ਮਸਲੇ ਹੱਲ ਹੋਣ ਵਾਲੇ ਆ, ਮੁਆਵਜ਼ੇ ਦਾ ਮਸਲਾ ਪਾਲਿਸੀ ਬਣੀ ਹੋਈ ਹੈ, ਜਿਵੇਂ ਪ੍ਰਧਾਨ ਜੀ ਨੇ ਕਿਹਾ 100% 100% ਨੂੰ ਵੀ ਤੇ ਸਾਰਾ ਦਿਨ ਤਹਿਸੀਲਦਾਰ ਹੈ, ਪੁਲਿਸ ਪ੍ਰਸ਼ਾਸਨ ਉਹਦੇ ਨਾਲ ਸਾਰਾ ਦਿਨ ਮੀਟਿੰਗਾਂ ਚੱਲੀ ਗਈਆਂ, ਅਸੀਂ ਕਿਹਾ ਵੀ ਇਹਦਾ ਐਕਸੀਡੈਂਟ ਦਾ ਮਾਮਲਾ ਹੈ, ਇਹ ਤਾਂ ਚਾਹੇ ਪਰਚਾ ਕਰੋ ਤੁਸੀਂ, ਜਦੋਂ ਕਿ ਇੱਥੋਂ ਦਾ ਕਾਨੂੰਨ ਇਹ ਕਹਿੰਦਾ ਵੀ 10 ਰੁਪਈਆਂ ਤੋਂ ਵੱਧ ਵੀ ਜੇ ਕੋਈ ਅੱਗ ਦੇ ਨਾਲ ਨੁਕਸਾਨ ਹੋ ਗਿਆ, ਅਸੀਂ ਵਕੀਲਾਂ ਦੀਆਂ ਰਾਇਆਂ ਲੈਣੀਆਂ ਵੀ ਉਹਦੇ 'ਤੇ ਤੁਰੰਤ 435 ਧਾਰਾ ਲਾ ਕੇ ਪਰਚਾ ਦਰਜ ਹੋਣਾ ਚਾਹੀਦਾ ਉਸ ਮਹਿਕਮੇ ਜਿਹਦੀ ਵੀ ਅਣਗਹਿਲੀ ਹੈ, ਹੁਣ ਸਿੱਧੀ ਅਣਗਹਿਲੀ ਬਿਜਲੀ ਬੋਰਡ ਦੀ ਆ ਗਈ, ਕਾਰਪੋਰੇਸ਼ਨ ਦੀ, ਉਹ 'ਤੇ ਪਰਚਾ ਦਰਜ ਕਰਨ ਨੂੰ ਤਿਆਰ ਨਹੀਂ, ਉਲਟਾ ਕਹਿੰਦੇ ਜੇ ਬਿਜਲੀ ਬੋਰਡ 'ਤੇ ਪਰਚਾ ਦਰਜ ਕਰਤਾ ਨਾ ਇੱਥੇ ਤਾਂ ਬੂਝਵਾਈ ਮੱਚ, ਵੀ ਜਿਹਦੇ ਸਾਰੇ ਅਰਮਾਨ ਮੱਚ ਗਏ, ਸੁਪਨੇ ਮੱਚ ਗਏ, ਉਹ ਕੀ ਕਰੂ ਕਿਸਾਨ, ਉਹਦੇ ਬਾਰੇ ਕੋਈ ਖਿਆਲ ਨਹੀਂ। ਸੋ ਇਸ ਕਰਕੇ ਜਿਹੜੀ ਆਮ ਆਦਮੀ ਪਾਰਟੀ ਦੀ ਸਰਕਾਰ ਤੋਂ ਸਾਡੇ ਲੋਕਾਂ ਨੇ ਬਹੁਤ ਵੱਡੀਆਂ ਉਮੀਦਾਂ ਆਸਾਂ ਲਾਈਆਂ ਸੀਗੀਆਂ ਅਤੇ ਵੱਡੀ ਜਿੱਤ ਉਹਨਾਂ ਦੀ ਝੋਲੀ 'ਚ ਪਾਈ ਸੀ 92 ਸੀਟਾਂ ਦੇ ਕੇ, ਅੱਜ ਉਹਨਾਂ ਨੇ ਸਾਰਾ ਉਹ ਗੱਲ ਨੂੰ ਸੱਚੀ ਕਹਾਤਾ, ਕਿਉਂਕਿ ਅਸੀਂ ਤਾਂ ਸਾਡੀ ਜਥੇਬੰਦੀ ਨੇ ਤਾਂ ਪਹਿਲਾਂ ਕਹਿਤਾ ਸੀ ਚੋਣਾਂ ਤੋਂ ਵੀ ਇਹ ਦੂਜਿਆਂ ਨੂੰ ਚੰਗੇ ਕਹਾ ਦੇਣਗੇ, ਅੱਜ ਉਹ ਦੂਜਿਆਂ ਨੂੰ ਚੰਗੇ ਕਹਾਉਣ ਲੱਗੇ ਹੋਏ ਆ। ਸੋ ਇਸ ਕਰਕੇ ਅਸੀਂ ਆਉਣ ਵਾਲੇ ਦਿਨਾਂ ਦੇ ਵਿੱਚ, ਠੀਕ ਹੈ ਹਜੇ ਸਾਡੀ ਤਾਕਤ ਉਹਨਾਂ ਦੇ ਮੁਕਾਬਲੇ ਘੱਟ ਹੋਊ, ਇਹਨਾਂ ਨੂੰ ਮਾਣ ਹੋਊ, ਕਿਉਂਕਿ ਸੱਤਾ 'ਚ ਜਿਹੜਾ ਵੀ ਬੰਦਾ ਆ ਜਾਂਦਾ ਉਹਨਾਂ ਨੂੰ ਮਾਣ ਹੁੰਦਾ ਹੀ ਹੈ, ਸੱਤਾ ਦਾ ਨਸ਼ਾ ਹੀ ਇਹੋ ਜਿਹਾ, ਪਰ ਕੋਈ ਗੱਲ ਨਹੀਂ, ਦੇਖਾਂਗੇ ਦੋ ਹੱਥ ਇਹਨਾਂ ਦੇ ਨਾਲ, ਪਿੰਡਾਂ ਦੇ ਵਿੱਚ ਵੀ ਡਾਕਟਰਾਂ ਵਿਰੋਧ ਹੋਊਗਾ, ਕਰਾਓ ਦੋਨਾਂ ਦਾ ਕਰੋਗੇ ਕਿ ਪੂਰੇ ਪੰਜਾਬ ਦੇ ਅੰਦਰ ਦੋ ਦਾ, ਇੱਕ ਵਾਰੀ ਦੋ ਦਾ, ਜੇ ਨਹੀਂ ਸੁਣਦੇ ਫਿਰ ਅਗਲਾ ਸੋਚਿਆ ਜਾਊ ਸੂਬਾ ਕਮੇਟੀ ਵਿੱਚ, ਨਾਲੇ ਕਰਾਓ ਨਹੀਂ, ਅਸੀਂ 13 ਸਧਾਰਨ ਧਰਨਾ ਲਾਵਾਂਗੇ, ਧਰਨਾ ਲਾਉਣ ਦਾ ਮਤਲਬ ਅਸੀਂ ਬਾਅਦ 'ਚ ਬਹਿ ਗਏ, ਜਿੱਧਰ ਨਿਕਲਣਗੇ ਅਸੀਂ ਉਹਨਾਂ ਦਾ ਮਗਰਾ ਵੀ ਕਰਿਆ ਕਰਾਂਗੇ ਪਿੰਡਾਂ ਦੇ ਵਿੱਚ, ਪਿੰਡਾਂ ਦੇ ਵਿੱਚ, ਕਿਉਂਕਿ ਸਾਡਾ ਤਾਂ ਅਸੀਂ ਸੱਥਾਂ ਨੂੰ ਖਾੜਾ ਬਣਾਉਣਾ, ਸਾਡਾ ਮਤਲਬ ਇਹ ਹੈਗਾ, ਉੱਥੇ ਵੀ ਸੁਣਵਾਈ, ਅਗਲਾ ਕਹਿੰਦਾ ਬਾਅਦ 'ਚ ਬੈਠੇ ਹਾਂ, ਅਤੇ ਨਾਲ ਉਹ ਲੋਕ ਜਿਹੜੇ ਸਾਨੂੰ ਕਦੇ ਅਸੀਂ ਸੜਕਾਂ 'ਤੇ ਜਾਂਦੇ ਹਾਂ ਜਦੋਂ ਰੇਲਾਂ 'ਤੇ ਜਾਂਦੇ ਹਾਂ, ਜਿਹੜੇ ਕਹਿੰਦੇ ਹੁੰਦੇ ਆ ਵੀ ਇਹ ਯਾਰ ਹੁਣ ਲੋਕ ਪਰੇਸ਼ਾਨ ਹੁੰਦੇ ਆ, ਤੁਸੀਂ ਉਹਨਾਂ ਦੇ 12 'ਚ ਜਾਓ, ਹੁਣ ਅਸੀਂ 12 'ਚ ਜਾਣ ਲੱਗੇ ਹਾਂ, ਆ ਜਾਣ ਉਹ ਲੋਕ ਵੀ, ਸਾਡੀ ਐਡੀ ਵਾਜਬ ਗੱਲ ਹੈ, ਪ੍ਰਵਾਨਿਤ ਕੀਤੀ ਹੋਈ ਗੱਲ ਹੈ, ਇਹਦੇ 'ਚ ਕੋਈ ਦਿੱਕਤ ਫਿੱਟ ਨਹੀਂ, ਸਾਰੇ ਮੰਨ ਰਹੇ ਆ, ਬਠਿੰਡਾ ਦਾ DC ਮੰਨ ਰਿਹਾ ਵੀ ਇਹਦੇ 'ਤੇ ਚੋਣ ਜਾਬਤੇ ਦਾ ਕੋਈ ਮਾਮਲਾ ਨਹੀਂ,
ਅਤੇ ਪਹਿਲਾਂ ਅਸੀਂ ਉਦਾਹਰਨਾਂ ਦਿੱਤੀਆਂ ਹੋਈਆਂ ਚੋਣ ਜ਼ਾਬਤੇ ਦੌਰਾਨ ਇਹ ਮੁਆਵਜ਼ੇ ਵੰਡਾਏ ਹੋਏ। ਤੁਹਾਡਾ ਪਹਿਲਾਂ ਤਾਂ ਸਾਰਿਆਂ ਦਾ ਧੰਨਵਾਦ, ਤੁਹਾਡੇ ਮਾਝੇ ਰਾਮ ਰਾਹੀ ਜਿਹੜੇ ਸਾਡੇ ਸਾਰੇ ਦਰਸ਼ਕ ਲੋਕ ਸੁਣ ਰਹੇ ਆ, ਕਿਰਤੀ ਲੋਕ ਸੁਣ ਰਹੇ ਆ, ਉਹਨਾਂ ਨੂੰ ਸੁਨੇਹਾ ਜ਼ੋਰਦਾਰ ਕਿ ਪਹਿਲੀਆਂ ਸਰਕਾਰਾਂ ਤਾਂ ਮਾੜੀਆਂ ਸੀਗੀਆਂ, ਇਹਦੇ ਕਰਕੇ ਲੋਕਾਂ ਨੇ ਰੱਦ ਕੀਤਾ, ਨਵੀਂ ਸਰਕਾਰ ਲਿਆਂਦੀ ਆਪ ਵਾਲਿਆਂ ਨੇ, ਇਹ ਸਰਕਾਰ ਉਹਨਾਂ ਨੂੰ ਮਾੜੀ ਨਿਕਲੀ ਹੈ। ਤੁਹਾਡੇ ਮਾਝੇ ਨੂੰ ਅਸੀਂ ਜ਼ੋਰਦਾਰ ਲੋਕਾਂ ਨੂੰ ਗੱਲ ਕਹਿਣੀ ਚਾਹੁੰਦੇ ਹਾਂ ਕਿ ਜੇ ਤੁਸੀਂ ਆਪਦੇ ਮਸਲੇ ਹੱਲ ਕਰਾਉਣੇ ਆ, ਇੱਕ ਦੇ ਸੰਘਰਸ਼ ਬਿਨਾਂ ਨਹੀਂ ਹੋਣੇ, ਉਹਨਾਂ ਨੂੰ ਸੱਦਾ ਕੇ ਇੱਕ ਦੇ ਸੰਘਰਸ਼ ਦੇ ਮੈਦਾਨ 'ਚ ਆ ਜਾਓ, ਜਿਹੜੀ ਮਰਜ਼ੀ ਗੱਲ ਇਹਨੂੰ ਤੋਂ ਬਣਾ ਲਓ, ਜਿਹੜੀ ਮਰਜ਼ੀ ਗੱਲ ਕਰਾ ਲਓ। ਕੀ ਪ੍ਰੋਗਰਾਮ ਵੀ ਅਗਲਾ ਪ੍ਰੋਗਰਾਮ ਦੇਖੋ, ਸਾਡੇ ਅਸੀਂ ਧਰਨੇ ਦੋਨਾਂ ਦੇ ਮੰਤਰੀਆਂ ਦੇ ਬਾਰੇ 'ਚ, ਅਤੇ ਨਾਲ ਅਸੀਂ ਜਿੰਨੇ ਪਿੰਡ ਹੈ ਸਾਰੇ ਏਰੀਏ ਦੇ, ਜਿੱਥੇ ਜਾਣਗੇ ਉੱਥੇ ਵਿਰੋਧ ਵੀ ਕਰਾਂਗੇ ਅਤੇ ਆਪਣੇ ਤੌਰ 'ਤੇ ਮੁਹਿੰਮ ਵੀ ਲਵਾਂਗੇ ਸਾਰੇ ਪਿੰਡਾਂ 'ਚ।